ਹੈਲੋ ਗਾਇਜ਼, ਵੈਲਕਮ ਬੈਕ ਟੂ ਮਾਈ ਨਿਊ ਬਲੌਗ। ਸਾਰਿਆਂ ਨੂੰ ਜੈਮ ਸਿੰਘ। ਅਤੇ ਦੋ ਦਿਨ ਆਪਾਂ ਬਿਜ਼ੀ ਸੀ, ਵਲੌਗ ਬਣਾਇਆ ਨਹੀਂ, ਅਪਡੇਟ ਵੀ ਨਹੀਂ ਕਰ ਪਾਏ ਕਿਉਂਕਿ ਮਿਕਸੀ ਲੱਗੀ ਹੋਈ ਦੁਕਾਨ 'ਤੇ, ਕੋਈ ਨਾ ਕੋਈ ਕੰਮ ਰਹਿੰਦਾ ਹੀ ਹੈ। ਸੈਮੀ ਵੀ ਆ ਗਿਆ ਗਾੜੀ ਲੈ ਕੇ। ਸੈਮੀ ਤੇ ਹਾਏ, ਹਾਂ ਸੇ ਹਾਏ ਕਰੋ ਪਹਿਲੇ। ਸੇ ਹਾਏ ਜੈਮ ਸਿੰਘ, ਜੈਮ ਸਿੰਘ ਲੈ, ਜੈਮ ਸਿੰਘ ਸੈਮੀ ਗਾੜੀ ਬੈਠੇ, ਕਹਾਂ ਬੈਠਣਾ, ਚਲਾਏਗਾ ਕੌਣ ਸੈਮੀ ਚਲਾਏਗਾ, ਮੈਂ ਨਾ ਚਲਾਉਂ, ਉਹ ਬੈਠ ਗਿਰ ਗਿਆ ਸੈਮੀ ਦਾ। ਲੋ ਜੀ, ਨਾਸ਼ਤਾ ਪਾਣੀ ਆਪਣਾ ਹੋ ਗਿਆ ਅਤੇ ਚੱਲਦੇ ਹਾਂ ਸਲੂਨ 'ਤੇ, ਦੇਖਦੇ ਹਾਂ ਅਤੇ ਤੁਹਾਨੂੰ ਵੀ ਸਾਨੂੰ ਕਿੱਥੇ ਤੱਕ ਪਹੁੰਚਿਆ ਕੰਮ ਵਾਲੇ। ਅੱਜ ਜਾਣਾ ਹੈ ਜੀ ਪੈਦਲ, ਕਿਉਂਕਿ ਸਕੂਟੀ ਲੈ ਕੇ ਗਿਆ ਬੋਬੀ, ਬੇਬੀ ਨੂੰ ਛੱਡਣ ਗਿਆ ਬੱਸ ਸਟੈਂਡ 'ਤੇ, ਸ਼ਾਇਦ ਲੇਟ ਹੋ ਗਈ ਬੇਬੀ ਨੇ, ਅਤੇ ਸੈਮੀ ਵੀ ਮੇਰੇ ਨਾਲ ਨਾਲ ਪੈਦਲ ਚੱਲ ਰਿਹਾ। ਦੇਖੋ ਸੈਮੀ, ਸ਼ਾਇ ਸੈਮੀ, ਕਿੱਧਰ ਦੇਖੋ, ਗਰਮੀ ਲੱਗ ਰਹੀ, ਧੁੱਪ ਬੜੀ ਹੋਈ ਹੈ, ਗਰਮੀ ਲੱਗ ਰਹੀ ਹੈ ਮੁੰਡੇ ਨੂੰ। ਅਭੀ ਪਹੁੰਚੇ ਗਏ ਥੋੜ੍ਹੀ ਦੇਰ, ਮੈਂ ਪਹੁੰਚ ਗਏ ਜੀ ਸਲੂਨ 'ਤੇ, ਅਤੇ ਇੱਕ ਭਰਾ ਇੱਧਰ ਲੱਗਿਆ ਸਫਾਈ ਦੇ ਬਾਹਰ, ਉਹ ਪੇਂਟਰ ਆ ਗਏ ਨੇ ਆਪਣੇ, ਉਹ ਪੇਂਟਰ ਕਹਿੰਦਾ ਕਾਰਪੇਂਟਰ ਲੱਕੜ ਵਾਲੇ, ਇਹਨਾਂ ਦਾ ਅੱਜ ਦਾ ਕੰਮ ਰਹਿ ਗਿਆ ਸ਼ਾਇਦ, ਬਾਕੀ ਪੇਂਟਰ ਵੀ ਆਉਣ ਵਾਲਾ, ਪੇਂਟਰ ਲੱਗਿਆ। ਦੇਖੋ ਕਿੰਨੀ ਦੇਰ 'ਚ ਪਹੁੰਚਦਾ। ਜਾਓ ਜਾਓ ਜਲਦੀ, ਇੱਧਰ ਛੱਤ ਦਾ ਕੰਮ ਵੀ ਹੋ ਗਿਆ ਜੀ ਸ਼ੁਰੂ, ਲੱਗੇ ਨੇ ਪੇਂਟ ਵਾਲੇ, ਅਤੇ ਇੱਧਰ ਲੱਗੇ ਨੇ, ਉਹ ਦੇਖੋ ਸਾਹਮਣੇ ਮਰੀਜ਼ ਖੜਿਆ, ਉਹ ਵੀ ਲੱਗਿਆ ਕੋਈ ਕਾਰ ਡਾਹ ਫੋੜ ਕਰਨ ਦੇ। ਹਾਂ ਨਿਬੇੜਦੇ ਨਿਬੇੜਦੇ ਜਲਦੀ, ਤੇਰੇ ਭਾਈ ਇੱਕ ਵੀ ਅਸੀਂ ਨਹੀਂ ਬਣੀਆਂ, ਏ ਲੱਗਿਆ ਲੈਟਾਂ ਬਣਾਉਣ ਉਹਨਾਂ ਦੀ, ਬੜਾ ਮਿਸਤਰੀ ਐਸੇ ਸਾਨੂੰ ਬੁਲਾਏ ਕਰੋ ਰੇ, ਤੰਗ ਕਰਾਂ ਨੂੰ ਢੇਰ, ਪਰੇਸ਼ਾਨ ਕਰਦੇ ਇਹਨੂੰ, ਵੀ ਇਸ ਦਿਨ ਹੋ ਗਏ, ਇਹ ਕੀ ਚੜ੍ਹ ਰਹੇ ਦੇਖੋ, ਇੰਗਾ ਇਹ ਵੀ ਕਲਾਕਾਰ ਦਿਖ ਰਹੇ ਮੈਨੂੰ, ਪੌੜੀ ਪਰ ਚੜ੍ਹ ਰਹੇ ਹੁਣ ਦੇ, ਚੱਕਦੇ ਚੱਕਦੇ ਕੰਮ ਕਿਆ ਖਾ ਰਿਹਾ, ਆਈਸਕ੍ਰੀਮ ਲੈ ਕੇ ਆਇਆ ਸਕੂਲ ਸੇ ਹੱਥ ਹੀ, ਇਹ ਤਾਂ ਗੰਦੀ ਬਾਤ ਹੈ ਭਾਈ, ਪਰ ਮੇਰੇ ਲਈ ਕੌਣ ਲਾਏਗਾ, ਮੇਰੇ ਲਈ ਕੌਣ, ਸੁਣਾਓ ਸਾਰਾ ਖਾ ਲਿਆ, ਦਿਖਾਏ ਤੇਰੇ ਮੂੰਹ, ਪੱਕੀ ਬਾਤ ਹੈ, ਪਰੌਂਠਾ ਖਾ ਲਿਆ ਨਾ, ਠੀਕ ਹੈ। ਲੱਗੇ ਨੇ ਭਰਾ ਹੁਣੀ ਕੰਮ 'ਤੇ, ਅਤੇ ਪੇਂਟਰ ਚਲੇ ਗਏ ਨੇ, ਅੱਧਾ ਕੁ ਨਿਬੇੜ ਗਏ, ਅਤੇ ਮਨੀਸ਼ ਭਰਾ ਲੱਗਿਆ ਉੱਧਰ, ਹਾਂ ਮਨੀਸ਼ ਕਿਵੇਂ, ਵਧੀਆ ਕਹਿੰਦਾ ਵਧੀਆ, ਅਤੇ ਮੁੰਡੇ ਨੇ ਨਿਬੇੜਤਾ ਕੰਮ, ਜਲਦੀ ਚੱਕਤਾ ਕੰਮ ਇਹਨੇ, ਮੈਂ ਕਿਹਾ ਟਾਈਮ ਬੜਾ ਲਾਤਾ ਫਿਰ ਵੀ ਚਲੋ, ਅਤੇ ਔਫਰ ਹੈ ਇਹਦੇ ਵੱਲੋਂ, ਜੋ ਵੀ ਕੋਈ ਇਹਨੂੰ ਕੰਮ ਦੇਵੇਗਾ ਉਹਨੂੰ ਇੱਕ ਬੈੱਡ ਫ੍ਰੀ 'ਚ ਹੈ, ਠੀਕ ਹੈ ਭਰਾ, ਬੈੱਡ ਬਣਾ ਕੇ ਦੇਵੇਗਾ ਇੱਕ ਫ੍ਰੀ, ਪਰ ਕੰਮ ਦੇਣਾ ਭਰਾ 15 ਦਿਨ ਦਾ ਘੱਟੋ ਘੱਟ, ਅਤੇ ਕੰਟੈਕਟ ਨੰਬਰ ਤੁਸੀਂ ਮੇਰੇ ਤੋਂ ਲੈ ਸਕਦੇ ਹੋ, ਲੈ ਲੈਣਾ ਜਦੋਂ ਮਰਜ਼ੀ, ਅਤੇ ਇੱਕ ਭਰਾ ਇੱਧਰ ਵੀ ਲੱਗਿਆ, ਇਹ ਹੈਲਪਰ ਹੈ ਮਨੀਸ਼ ਦਾ, ਦੇਖ ਲਓ ਇਹਨੂੰ ਵੀ, ਅਤੇ ਉਹ ਪੇਂਟਰ ਸਾਹਿਬ ਵੀ ਆ ਗਿਆ ਬਾਹਰ, ਉਹ ਦੇਖ ਸਾਈਕਲ ਲੈ ਕੇ ਆ ਗਿਆ, ਇਹ ਰੋਟੀ ਵੀ ਖਾਇਆ ਭਰਾ। ਲਓ ਜੀ ਬਹਿ ਗਏ ਭਰਾ, ਰੋਟੀ ਖਾਣ ਪ੍ਰਸ਼ਾਦਾ ਖੋਲਿਆ, ਅਤੇ ਅੰਦਰ ਦੇ ਹਾਲਾਤ ਦੇਖੋ ਤੁਸੀਂ ਸਲੂਨ ਦੇ, ਹਾਲ ਅਤੇ ਮਾਲਕ ਕਹਿੰਦਾ ਤੁਸੀਂ 25-25 ਹਜ਼ਾਰ ਰੁਪਏ ਮੰਗੀ ਜਾਂਦੇ, ਦੇਖੋ ਛੱਤਾਂ ਡਿੱਗਣ ਵਾਲੀ ਹੋਈਆਂ ਨੇ, ਖੋਲੋ ਬਾਈ ਖੋਲੋ ਸਬਜ਼ੀਆਂ। ਲਓ ਜੀ ਸੈਮੀ ਪਹੁੰਚ ਗਿਆ ਵਾਪਸੀ ਦੁਆਰਾ ਸਲੂਨ 'ਤੇ, ਮੈਂ ਗਿਆ ਸੀ ਘਰ, ਅਤੇ ਜਿੱਦ ਕਰਨ ਲੱਗਿਆ ਮੈਂ ਵੀ ਜਾਣਾ,
ਕਿਆ ਕਰ ਰਿਹਾ ਬਾਈ? ਸਾਈਕਲ ਸਾਈਕਲ ਤੇ ਬਾਕੀ ਟੀਮ ਬੈਠੀ ਸਾਰੀ ਇੱਧਰ ਫ੍ਰੀ ਸੌਂਗ ਸੁਣ ਰਹੇ ਹੁੰਦੇ ਬਹਿ ਕੇ। ਹਾਂ ਰਹਿਣ ਦੇ, ਆ ਜਾ ਲੈ ਪੇਂਟਰ ਕਰ ਗਏ ਪੇਂਟ ਤੇ ਮਨੀਸ਼ ਭਰਾ ਨਹਾਉਣ ਚਲ ਗਿਆ ਅੰਦਰ। ਆ ਭਾਅ ਜੀ ਲੱਗਿਆ ਆਪਣਾ ਇਲੈਕਟ੍ਰੀਸ਼ਨ ਤੇ ਮਨੀਸ਼ ਕਾਰਪੈਂਟਰ ਤੇ ਪੇਂਟਰ ਵਾਲੇ ਦੋਨੋਂ ਚਲੇ ਗਏ ਨੇ ਤੇ ਆਪਾਂ ਦੋਨੋਂ ਹੀ ਰਹਿ ਗਏ। ਉਹ ਚੜਿਆ ਭਰਾ ਉੱਥੇ, ਦੇਖਦੇ ਹਾਂ ਕਿੰਨੀ ਦੇਰ 'ਚ ਫ੍ਰੀ ਹੁੰਦਾ ਫਿਰ ਚੱਲਦੇ ਹਾਂ ਘਰ। ਲਓ ਜੀ ਇੱਧਰ ਲੱਗਿਆ ਭਰਾ ਤੇ ਸਲੋਨ ਆਪਾਂ ਉੱਧਰ ਵਧਾ ਤਾ, ਛੁੱਟੀ ਕਰਤੀ ਭਰਾ ਦੀ ਨਹੀਂ ਹੋ ਰਹੀ ਲੱਗਦਾ ਮੋਟਰਸਾਈਕਲ ਸਟਾਰਟ, ਮੈਨੂੰ ਕੀ ਦਿੱਕਤ ਹੋ ਗਈ ਦੇਖਣੀ ਪੈਣੀ।